ਗਰੇਵਾਲ ਸਾਹਿਬ ਕਿੱਦਾਂ ਦੇਖ ਰਹੇ ਹੋ ਪੰਜਾਬ ਦੇ ਮੁੱਖ ਮੰਤਰੀ ਪੰਜ ਵਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਅੱਜ ਵੀ ਉਹਨਾਂ ਨੂੰ ਲੋਕ ਯਾਦ ਕਰਦੇ ਨੇ, ਕਹਿੰਦੇ ਕਿ ਜੇ ਕਿਸੇ ਨੂੰ ਕੋਈ ਕੰਮ ਕੀਤਾ ਤਾਂ ਲੋਕ ਉਹਨਾਂ ਨੂੰ ਯਾਦ ਕਰਦੇ ਨੇ, ਤੇ ਜੇ ਲੋਕਾਂ 'ਚ ਵਿਚਰਦੇ ਸੀ ਤਾਂ ਵਾਰੀ ਪੰਜਾਬ ਦੇ ਪੰਜ ਵਾਰੀ ਮੁੱਖ ਮੰਤਰੀ ਬਣੇ ਸੀ। ਦੇਖੋ ਜਿਹੜਾ ਪੰਜਾਬ ਆ ਨਾ, ਇਹ ਆਪਣੇ ਆਪ ਦੇ ਇੱਕ ਵੱਖਰੀ ਪਛਾਣ ਹੈ। ਪੰਜਾਬ ਦੀ ਬੋਲੀ ਆ, ਪੰਜਾਬ ਦਾ ਸੱਭਿਆਚਾਰ ਆ, ਇੱਥੋਂ ਦੀ ਸੰਸਕ੍ਰਿਤੀ ਆ, ਅਤੇ ਖਾਸ ਤੌਰ 'ਤੇ ਸਿੱਖਾਂ ਦਾ ਇਹ ਕੇਂਦਰ ਹੈ ਜਿੱਥੇ ਸਿੱਖੀ ਕਹਿੰਦੇ ਹੁੰਦੇ ਆ ਗੁਰੂ ਨਾਨਕ ਪਾਤਸ਼ਾਹ ਨੇ, ਭਾਵੇਂ ਅੱਜ ਉਹ ਵੀ ਹੈ ਤਾਂ ਪੰਜਾਬ ਹੀ ਆ, ਅਤੇ ਉਦੋਂ ਬਾਅਦ ਦਸਵੇਂ ਪਾਤਸ਼ਾਹ ਨੇ ਇੱਥੇ ਅੰਮ੍ਰਿਤ ਛਕਾਇਆ, ਅਤੇ ਸਿੱਖੀ ਦੀ ਇੱਥੇ ਜਿਵੇਂ ਕਹਿੰਦੇ ਹੁੰਦੇ ਨਾ ਵੀ ਇਹ ਘਰ ਆ ਸਿੱਖੀ ਦਾ। ਤੋ ਇਸ ਕਰਕੇ ਇਸ ਸਾਰੀਆਂ ਗੱਲਾਂ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀ ਮੁੱਖ ਮੰਤਰੀ ਬਣੇ, ਤੁਸੀਂ ਜਿਵੇਂ ਜ਼ਿਕਰ ਕੀਤਾ, ਤਾਂ ਉਹਨਾਂ ਦੇ ਵਿੱਚ ਕੋਈ ਨਾ ਕੋਈ ਐਸੀ ਕੋਈ ਕੋਈ ਸ਼ਖਸੀਅਤ ਦੇ ਵਿੱਚ ਉਹਨਾਂ ਦੀ ਕੋਈ ਖਾਸ ਖੂਬੀ ਸੀ ਜਿਹਦੇ ਕਰਕੇ ਪੰਜ ਵਾਰ ਲੋਕਾਂ ਨੇ ਬਣਾਇਆ। ਉਹ ਪੰਜਾਬ ਨਾਲ ਮੋਹ ਰੱਖਦੇ ਸੀ, ਜਿੱਥੇ ਆਪਦੇ ਦੇਸ਼ ਪ੍ਰਤੀ ਉਹਨਾਂ ਦੀ ਕੋਈ ਮਤਲਬ ਲਗਾਵ ਸੀਗਾ, ਉੱਥੇ ਪੰਜਾਬ ਦੇ ਨਾਲ ਖਾਸ ਤੌਰ 'ਤੇ ਲਗਾ ਸੀ। ਤੋ ਜਿਵੇਂ ਹੁਣ ਤੁਸੀਂ ਜ਼ਿਕਰ ਕੀਤਾ ਕਿ ਮੈਂ ਇਹ ਗੱਲ ਕਰਦਾ ਕਿ ਜਿਸ ਵਿਰਾਸਤੀ ਮਾਰਗ ਤੋਂ ਆਪਾਂ ਚੱਲ ਕੇ ਆਏ ਹਾਂ, ਉੱਥੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲੱਗਾ, ਤੁਸੀਂ ਦੇਖਿਆ ਜਿਹੜਾ ਕਿ ਇੱਥੇ ਜਿਹੜਾ ਲਾਇਆ ਗਿਆ, ਉਹ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਆ ਉਹਨੂੰ ਉਸ ਤਰ੍ਹਾਂ ਕਰਕੇ ਜਾਣਿਆ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਜਿਹੜਾ ਕਿ ਦੁਨੀਆ ਦੀ ਇਤਿਹਾਸ ਦੀ ਕਿਤਾਬ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਜਗ੍ਹਾ ਰੱਖਦਾ, ਉਸੇ ਤਰ੍ਹਾਂ ਹੀ ਕਿਨਾ ਉਹਨਾਂ ਦੇ ਪਗ ਕਦਮਾਂ 'ਤੇ ਚੱਲਦਿਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਪੰਜਾਬ ਲਈ ਅਤੇ ਖਾਸ ਤੌਰ 'ਤੇ ਸਿੱਖੀ ਲਈ ਜਾਂ ਹੋਰ ਵੀ ਬਾਕੀ ਧਰਮ ਹੈ, ਪਰ ਮੈਂ ਅੱਜ ਤੁਹਾਡੇ ਨਾਲ ਇਹ ਤਾਂ ਕਰਕੇ ਕਰਨਾ ਚਾਹੁੰਦਾ ਕਿ ਸਿੱਖੀ ਵਾਸਤੇ ਬਾਦਲ ਸਾਹਿਬ ਦੇ ਮਨ ਦੇ ਅੰਦਰ ਬੜੀ ਸਾਰੀ ਜਗ੍ਹਾ ਸੀ, ਭਾਵੇਂ ਕਿ ਸਿਆਸਤ ਦੇ ਤੌਰ 'ਤੇ ਬੜੇ ਤਰ੍ਹਾਂ ਦੇ ਇਲਜ਼ਾਮ ਲੱਗੇ ਹੋਣਗੇ, ਬਹੁਤ ਸਾਰੀ ਗੱਲ ਹੋਈ ਹੋਊਗੀ, ਪਰ ਜਦੋਂ ਉਹ ਇਸ ਦੁਨੀਆ ਤੋਂ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਯਾਦ ਕਰਨ ਵਾਲੀਆਂ ਜਿਹੜੇ ਲੋਕ ਆ ਉਹ ਪਾਰਟੀਆਂ ਧੜਿਆਂ ਤੋਂ ਉੱਪਰ ਉੱਠ ਕੇ ਜੋ ਸਨਮਾਨ ਉਹਨਾਂ ਨੂੰ ਦਿੰਦੇ ਨੇ ਉਹ ਆਪਣੇ ਆਪ 'ਚ ਮੇਰੀ ਜ਼ਿੰਦਗੀ 'ਚ ਪਹਿਲਾ ਵਾ। ਹੁਣ ਗੱਲ ਕਰੀਏ ਸਿੱਖਾਂ ਦੇ ਇਸ ਮਸਲੇ ਦੀ, ਅੱਜ ਅਸੀਂ ਜਿਸ ਵਿਰਾਸਤੀ ਮਾਰਗ 'ਤੇ ਖੜ੍ਹੇ ਹਾਂ ਜਿੱਥੇ ਤੁਸੀਂ ਦੇਖ ਲਓ ਕਿ ਹਜ਼ਾਰਾਂ ਦੇ ਲੋਕ ਦੀ ਗਿਣਤੀ ਵਿੱਚ ਹਰ ਰੋਜ਼ ਜਿਹੜੀ ਆਮਦ ਆ ਉਹ ਲੱਖ ਦੇ ਕਰੀਬ ਯਾਤਰੂ ਦੀ ਆਮਦ ਦੇਖੀ ਜਾਂਦੀ ਆ, ਅਤੇ ਉਹ ਸਾਰੇ ਇਸ ਮਾਰਗ ਤੋਂ ਆਉਂਦੇ ਆ। ਤੁਸੀਂ ਦੇਖੋ ਕਿ ਇਹ ਇਸ ਦੇ ਪਿੱਛੇ ਕਿੰਨੀ ਵੱਡੀ ਸੋਚ ਸੀ। ਤੁਸੀਂ ਵੀ ਜਿਵੇਂ ਜ਼ਿਕਰ ਕੀਤਾ ਕਿ ਉਹ ਇੱਥੇ ਰਹੇ, ਦੇਖੋ ਜਿੰਨੀ ਦੇਰ ਤੱਕ ਇਹ ਵਿਰਾਸਤੀ ਮਾਰਗ ਬਣਦਾ ਰਿਹਾ, ਇਸ ਦੀ ਇੱਕ ਇੱਕ ਚੀਜ਼ ਦੀ, ਇਹ ਖੰਭੇ ਦੀ ਡਿਜ਼ਾਇਨਿੰਗ, ਇਹ ਲਾਈਟ ਦੀ ਡਿਜ਼ਾਇਨਿੰਗ, ਇਹ ਬੋਰਡਾਂ ਦੇ ਉੱਤੇ ਪੰਜਾਬੀ ਦੇ ਬਾਰੇ 'ਚ ਸਾਰਿਆਂ ਨੂੰ ਇੱਕੋ ਜਿਹਾ ਕਰਨਾ, ਕਿੰਨੀ ਵੱਡੀ ਇੱਕ ਨਵੀਂ ਮਤਲਬ ਨਾ ਇੱਕ ਵਿਰਾਸਤੀ ਮਾਰਗ ਦਾ ਨਾਂ ਜਿਹੜਾ ਅਸਲੀ ਉਹ ਦਿੱਤਾ, ਤਾਂ ਕਿ ਜਦੋਂ ਕੋਈ ਚੱਲ ਕੇ ਆਵੇ ਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਨੂੰ ਆਵੇ ਉਹਨੂੰ ਉਸ ਤਰ੍ਹਾਂ ਦਾ ਮਾਹੌਲ ਮਿਲੇ, ਇਸ ਗੱਲ ਲਈ ਬਾਦਲ ਸਾਹਿਬ ਨੇ ਕੀਤਾ। ਹੁਣ ਤੁਸੀਂ ਦੇਖੋ ਕਿ ਜਿਹੜਾ ਥੱਲੇ ਕਿਹੜਾ ਮਿਊਜ਼ੀਅਮ ਹੈ, ਮਿਊਜ਼ੀਅਮ 'ਚ ਵੀ ਜਿੰਨੇ ਤਿੰਨ ਤਰ੍ਹਾਂ ਦੀਆਂ ਪਿਕਚਰਾਂ ਚੱਲਦੀਆਂ, ਉਹਦੇ 'ਚ ਵੀ ਉਹ ਇਤਿਹਾਸ ਨੂੰ ਸਾਰਾ ਦਰਬਾਰ ਸਾਹਿਬ ਦਾ ਪਿਛੋਕੜ ਕੀ ਆ, ਕਿਹਨਾਂ ਨੇ ਰੀਹ ਰੱਖੀ, ਮਕਸਦ ਕੀ ਆ, ਚਾਰ ਦਰਵਾਜ਼ੇ ਨੇ, ਚਾਰ ਵਰਨ ਨੇ, ਇਹ ਸਾਰਾ ਕੁਛ ਬਾਦਲ ਸਾਹਿਬ ਨੇ ਦੇਣਾ, ਉਹਨਾਂ ਦੀ ਇੱਕ ਸੋਚ ਸੀ। ਤੁਸੀਂ ਦੇਖੋ ਕਿ ਉਹ ਇਜ਼ਰਾਈਲ ਗਏ, ਇਜ਼ਰਾਈਲ 'ਚ ਉਹਨਾਂ ਨੇ ਇੱਕ ਉਹਨਾਂ ਦਾ ਮਿਊਜ਼ੀਅਮ ਦੇਖਿਆ, ਉਹਨਾਂ ਦੇ ਮਨ ਦੇ ਵਿੱਚ ਇੱਛਾ ਪ੍ਰਗਟ ਕੀਤੀ ਕਿ ਇਹੋ ਜਿਹਾ ਮਿਊਜ਼ੀਅਮ ਅਸੀਂ ਸਿੱਖੀ ਦਾ ਬਣਾਉਣਾ, ਸੋ ਅਨੰਦਪੁਰ ਸਾਹਿਬ ਦੀ ਧਰਤੀ ਦੇ ਵਿਰਾਸਤ ਖਾਲਸਾ ਬਣਾਇਆ। ਮੈਂ ਹਮੇਸ਼ਾ ਅਪੀਲ ਕਰਦਾ ਹੁੰਦਾ, ਤੁਹਾਡੇ ਨਾਲ ਹੀ ਅਪੀਲ ਕਰਦਾ ਕਿ ਜਿਨ੍ਹਾਂ ਨੇ ਵੀ ਸਿੱਖੀ ਕੰਸੈਪਟ ਨੂੰ ਦੇਖਣਾ ਉਹ ਆਪਣੇ ਬੱਚਿਆਂ ਨੂੰ ਵਿਰਾਸਤ ਖਾਲਸਾ ਜ਼ਰੂਰ ਦਿਖਾਉਣ। ਉੱਥੋਂ ਦਾ ਜਿਹੜਾ ਇੰਜੀਨੀਅਰ ਸੀ ਉਸੇ ਨੂੰ ਲੈ ਕੇ ਆਉਂਦਾ, ਭਾਵੇਂ ਕਿੰਨੇ ਮਰਜ਼ੀ ਪੈਸੇ ਹੋਣ, ਤਾਂ ਉਹਨੂੰ ਸਥਾਪਿਤ ਕੀਤਾ। ਫਿਰ ਦੇਖੋ ਵੀ ਵੱਡਾ ਘੱਲੂਘਾਰੇ ਦੀ ਯਾਦਗਾਰ ਸਥਾਪਿਤ, ਛੋਟਾ ਘੱਲੂਘਾਰੇ ਦੀ ਯਾਦਗਾਰ ਸਥਾਪਿਤ। ਸਭ ਤੋਂ ਵੱਡੀ ਗੱਲ ਆ ਕਿ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਦੀ ਜਿੱਤ ਆ, ਜਿਹੜੀ ਚੱਪੜ ਚਿੜੀ ਆ, ਉਹਦੀ ਦੇਖੋ ਯਾਦ ਕਿੰਨੀ ਵੱਡੀ ਖੜੀ ਕੀਤੀ। ਸੋ ਇਹ ਇੱਕ ਸਟੇਟਸਮੈਨ ਦੇ ਤੌਰ 'ਤੇ ਜਿਨ੍ਹਾਂ ਨੇ ਇਸ ਧਰਤੀ 'ਤੇ ਇੱਕ ਚੰਗਾ ਰਾਜ ਦਿੱਤਾ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦਿੱਤਾ। ਹੁਣ ਤੁਸੀਂ ਦੇਖੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕੀ ਹੁੰਦਾ ਸੀ, ਕਹਿੰਦੇ ਕੋਈ ਫਾਂਸੀ ਨਹੀਂ ਲੱਗੀ ਕਦੇ ਉਹਨੂੰ, ਪਰ ਉਹਦਾ ਗੁਰੂ ਪ੍ਰਤੀ ਆਸਥਾ ਸੀ, ਪਰ ਦੂਸਰੇ ਧਰਮਾਂ ਪ੍ਰਤੀ ਕੋਈ ਨਕਾਰਾਤਮਕ ਨਹੀਂ ਸੀਗਾ, ਉਹ ਦੂਜੇ ਧਰਮਾਂ ਨੂੰ ਵੀ ਓਨਾ ਹੀ ਦਿੰਦਾ ਸੀ। ਹੋਰ ਦੁਨੀਆ ਦੇ ਹਿੰਦੁਸਤਾਨ ਦੇ ਅੰਦਰ ਬੜੇ ਨਾਮੀ ਮੰਦਰ ਆ ਜਿਹਨਾਂ ਨੂੰ ਕਈ ਕਈ ਟਨ ਜਿਹੜਾ ਸੋਨਾ ਦਿੱਤਾ, ਅੱਜ ਵੀ ਇਤਿਹਾਸ ਬੋਲਦਾ ਹੈ, ਪਰ ਉਹਦਾ ਵਿਸ਼ੇਸ਼ ਲਗਾਵ ਜਿਹੜਾ ਵਾ ਆਪਣੇ ਗੁਰੂ ਪ੍ਰਤੀ ਸੀ। ਦਰਬਾਰ ਸਾਹਿਬ ਭਾਵੇਂ ਛੋਟੀਆਂ ਇੱਟਾਂ ਦਾ, ਪਰ ਉਹਨੂੰ ਸੋਨੇ ਨਾਲ ਮੜਨਾ ਉਹਦੀ ਇੱਛਾ ਸੀ, ਉਹਨੇ ਸੇਵਾ ਕੀਤੀ। ਸੋ ਇਹ ਗੱਲ ਸਾਨੂੰ ਯਾਦ ਆਉਂਦੀ ਆ ਜਦੋਂ ਅਸੀਂ ਪ੍ਰਕਾਸ਼ ਸਿੰਘ ਬਾਦਲ ਦੇ ਉਹਦੇ ਜਾਣ ਤੋਂ ਬਾਅਦ ਉਹਦਾ ਇੱਕ ਜਨਮਦਿਨ ਮਨਾ ਰਹੇ ਹਾਂ, ਪਾਰਟੀਆਂ ਉਹਨੂੰ ਸਦਭਾਵਨਾ ਦਿਵਸ ਦੇ ਨਾਂ 'ਤੇ ਮਨਾ ਰਹੀਆਂ, ਪਰ ਅਸੀਂ ਸਿੱਖੀ ਦੇ ਤੌਰ 'ਤੇ ਜਿਹੜੀ ਉਹਦੀ ਦੇਣ ਹੈ, ਜਿਹੜੀ ਕਿ ਬਹੁਤ ਵੱਡੀ ਬਹੁਮੁੱਲੀ ਦੇਣ ਹੈ, ਉਸ ਗੱਲ ਨੂੰ ਲੈ ਕੇ ਅਸੀਂ ਅੱਜ ਉਹਨਾਂ ਨੂੰ ਯਾਦ ਕਰ ਰਹੇ ਹਾਂ। ਅੱਜ ਅਸੀਂ ਉਸ ਵਿਰਾਸਤੀ ਮਾਰਗ 'ਤੇ ਖੜ੍ਹੇ ਹਾਂ ਜਿਹੜਾ ਕਿ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਨੂੰ ਜਾਂਦਾ। ਕਹਿੰਦੇ ਕਿ ਜਦੋਂ ਇਹ ਚੀਜ਼ਾਂ ਸਾਈਨ ਲੱਗਣੇ ਸੀ ਪੰਜਾਬੀ ਦੇ ਬੋਰਡ ਦੇ, ਜਾਂ ਇਹ ਦੁਕਾਨਾਂ ਦੀ ਇਹ ਰੰਗ ਪੇਂਟ ਹੋਣਾ ਸੀ, ਬਾਦਲ ਸਾਹਿਬ ਨੇ ਪਹਿਲਾਂ ਸਾਰੇ ਦੁਕਾਨਦਾਰਾਂ ਨਾਲ
ਡਿਸਕਸ ਕੀਤਾ ਸੀ ਕਹਿੰਦੇ ਮੈਂ ਅੱਜ ਕੱਲ੍ਹ ਤੈਨੂੰ ਕੋਈ ਡਿਸਕਸ ਨਹੀਂ ਕਰਦਾ ਉਹ ਲੋਕਾਂ ਦੇ ਵਿੱਚ ਵਿਚਰਦੇ ਸੀ ਲੋਕਾਂ ਦੀ ਪਹਿਲਾਂ ਮੁਸ਼ਕਿਲਾਂ ਸੁਣਦੇ ਸੀ ਕਿਹੜੀ ਚੀਜ਼ ਕਿੱਦਾਂ ਤਿਆਰ ਹੋਣੀ ਦੇਖੋ ਤੁਸੀਂ ਤਾਂ ਕਹਿੰਦੇ ਇਕੱਲਾ ਉਹਨਾਂ ਨੇ ਵਿਚਰੇ ਆ ਮੈਂ ਕਹਿੰਦਾ ਵਿਸ਼ਵਾਸ 'ਚ ਲਿਆ ਆ ਜਿੰਨੇ ਦੁਕਾਨਦਾਰ ਆ ਕਿਸੇ ਨੇ ਇਸ ਗੱਲ ਦਾ ਇਤਰਾਜ਼ ਨਹੀਂ ਕੀਤਾ ਅੱਜ ਤੁਸੀਂ ਦੇਖੋ ਕਿਸੇ ਨੇ ਸੜਕ ਕੱਢਣੀ ਆ ਕਿਸੇ ਨੇ ਨਹਿਰ ਕੱਢਣੀ ਆ ਰੋਜ਼ ਕੀ ਨਾ ਧਰਨੇ ਲੱਗਦੇ ਆ ਕੁਛ ਵੀ ਹੁੰਦਾ ਇਹ ਜਿੰਨੇ ਸੀਗੇ ਇਹਨਾਂ ਨੂੰ ਕੰਪਨਸੇਟ ਕੀਤਾ ਗਿਆ ਇਹਨਾਂ ਦੇ ਲਈ ਵੱਖਰੀ ਜਗ੍ਹਾ ਵੀ ਇੱਕ ਜੇ ਕੋਈ ਕਿਸੇ ਤਰ੍ਹਾਂ ਦਾ ਨਰੇਕਾ ਆਇਆ ਉਹਨੂੰ ਵੱਖਰੀ ਜਗ੍ਹਾ ਵੀ ਦਿੱਤੀ ਗਈ ਸੋ ਇਹ ਚੀਜ਼ ਇੱਕ ਇਤਿਹਾਸਕ ਚੀਜ਼ ਪੈਦਾ ਕੀਤੀ ਹੈ ਸੋ ਇਸ ਕਰਕੇ ਉਹਨਾਂ ਨੂੰ ਯਾਦ ਕਰਨਾ ਤਾਂ ਬਿਲਕੁਲ ਜਿਵੇਂ ਤੁਸੀਂ ਅੱਜ ਗੱਲ ਕਰ ਰਹੇ ਹੋ ਕਿ ਉਹਨਾਂ ਨੂੰ ਯਾਦ ਕਰਨਾ ਅਸੀਂ ਆਪਣਾ ਜਿਵੇਂ ਕਹਿੰਦੇ ਨਾ ਵੀ ਆਪਣੇ ਮਨ ਦੀ ਗੱਲ ਕਰ ਰਹੇ ਹਾਂ ਮਨ ਦੀ ਗੱਲ ਕਰ ਰਹੇ ਹਾਂ ਕਿ ਉਹਨਾਂ ਨੇ ਸਾਡੇ ਲਈ ਜਿੱਥੇ ਸਿੱਖੀ ਵਿਰਸੇ ਲਈ ਦਿੱਤਾ ਸਿੱਖ ਯਾਦਗਾਰਾਂ ਲਈ ਦਿੱਤਾ ਉੱਥੇ ਉਹਨਾਂ ਨੇ ਪੰਜਾਬੀ ਲਈ ਵੇਖੋ ਕਿਹੜਾ ਕੰਮ ਕੀਤਾ ਤੁਸੀਂ ਦੇਖੋ ਕਿ ਹੁਣ ਜਿਹੜੀਆਂ ਜਿੰਨੇ ਸਾਰੇ ਬੋਰਡ ਨੇ ਉਹ ਸਾਰੇ ਪੰਜਾਬੀ ਵਿੱਚ ਨੇ ਅਤੇ ਬੜੀ ਇੱਕ ਤਰਤੀਬ ਹੈ ਜਦੋਂ ਕਿ ਦੁਨੀਆ ਆ ਕੇ ਦੇਖਦੀ ਆ ਹੁਣ ਅਸੀਂ ਦੇਖਦੇ ਹਾਂ ਕਿ ਹਿੰਦੂ ਜਿਹੜੇ ਧਰਮਾਂ ਦੇ ਜਿਹੜੇ ਅਸਥਾਨ ਨੇ ਉਹਨਾਂ ਨੂੰ ਚਾਹੇ ਅਯੋਧਿਆ ਵਾ ਜਾਂ ਬਨਾਰਸ ਆ ਉਹਨਾਂ ਨੂੰ ਬੜੇ ਵਧੀਆ ਢੰਗ ਨਾਲ ਬਣਾਇਆ ਜਾ ਰਿਹਾ ਚੰਗੀ ਗੱਲ ਆ ਉਸਾਰਿਆ ਜਾਣਾ ਕਿਸੇ ਵੀ ਧਾਰਮਿਕ ਆਸਥਾ ਨਾਲ ਜੁੜੇ ਕੇਂਦਰ ਦੇ ਵਾਸਤੇ ਤੁਸੀਂ ਕੁਛ ਕਰਦੇ ਹੋ ਤਾਂ ਉਹ ਉਹਨਾਂ ਦੇ ਮਨ ਦੀ ਭਾਵਨਾ ਦੀ ਗੱਲ ਹੁੰਦੀ ਹੈ ਸੋ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਭਾਵੇਂ ਸਾਡੇ ਕੋਲ ਨਹੀਂ ਹੈ ਪਰ ਉਹਨਾਂ ਦੀ ਦਿੱਤੀ ਇਹ ਦੇਣ ਜਿਹੜੀ ਕੌਮ ਪ੍ਰਤੀ ਪੰਜਾਬ ਪ੍ਰਤੀ ਪੰਜਾਬੀ ਪ੍ਰਤੀ ਉਹ ਆਪਣੇ ਆਪ ਦੇ ਵਿੱਚ ਬਹੁਤ ਮਹਾਨ ਹੈ ਅੱਜ ਤੁਸੀਂ ਉਸ ਦੀ ਜਿਹੜੀ ਤਸਵੀਰ ਦੇ ਨਾਲ ਉਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ ਸਰ ਇੱਕ ਚੀਜ਼ ਹੋ ਰਹੀ ਹੈ ਕਿ ਜਿੰਨੇ ਗੇਟ ਹੈਗੇ ਨੇ ਪਹਿਲਾਂ ਉਹਨਾਂ ਗੀਤਾਂ ਦਾ ਦੌਰਾ ਕੀਤਾ ਗਿਆ ਬਾਦਲ ਸਾਹਿਬ ਦੇ ਵੱਲੋਂ ਫਿਰ ਉਹਨਾਂ ਦੇ ਵਿੱਚ ਉਹ ਦ੍ਰਿਸ਼ ਬਣਾਏ ਗਏ ਆ ਕਿ ਜਿਹੜੇ ਹਜੇ ਤੱਕ ਵੀ ਲੋਕਾਂ ਨੂੰ ਯਾਦ ਹੈਗੇ ਸੀ ਜੋ ਪੰਜਾਬ ਦੇ ਜਾਂ ਅੰਮ੍ਰਿਤਸਰ ਉੱਪਰ ਜੋ ਚੀਜ਼ਾਂ ਬੀਤੀਆਂ ਹੋਈਆਂ ਦੇਖੋ ਕੋਈ ਵੀ ਜਿਹੜੀ ਸਾਡੀ ਸੱਭਿਅਤਾ ਵਾ ਜਿਹੜੇ ਲੋਕ ਉਸ ਨੂੰ ਸੰਭਾਲ ਕੇ ਰੱਖਦੇ ਆ ਉਹ ਇੱਕ ਕੌਮ ਦੀ ਸੇਵਾ ਹੈ ਉਹ ਸਭ ਸੰਸਕਾਰਾਂ ਦੀ ਸੇਵਾ ਉਸ ਸਾਡੇ ਕਲਚਰ ਦੀ ਸੇਵਾ ਤੋਂ ਪ੍ਰਕਾਸ਼ ਸਿੰਘ ਬਾਦਲ ਆਪਣੇ ਲਈ ਵੱਡੀ ਇੱਕ ਜਾਣੇ ਕਿ ਉਹ ਸਾਡੇ ਪਿਛੋਕੜ ਨੂੰ ਹੂਬ ਹੂ ਉਸ ਤਰ੍ਹਾਂ ਹੀ ਉਸਾਰਨਾ ਚਾਹੁੰਦੇ ਆ ਜਿਵੇਂ ਉਹਨਾਂ ਨੇ ਜਿੰਨੀ ਮਿਹਨਤ ਕੀਤੀ ਆ ਇਸ ਦਾ ਹਰ ਰੰਗ ਆਪਣੇ ਆਪ 'ਚ ਦੱਸਦਾ ਕਿ ਪੁਰਾਤਨ ਤੱਤਵ ਜਿਹੜੀ ਗੱਲ ਸੀ ਉਹ ਜਿਹੜੀ ਆ ਇੱਥੇ ਜਿਉਂਦੀ ਤਸਵੀਰ ਹੈ ਕੋਈ ਇਹ ਨਹੀਂ ਹੈਗਾ ਕਿ ਉਹ ਇੱਕ ਫਾਰਮੈਲਿਟੀ ਸੀ ਇੱਕ ਫੋਟੋ ਕਰਾ ਲਈ ਅਤੇ ਬਸ ਨੀਂਹ ਪੱਥਰ ਰੱਖ ਲਿਆ ਪਰਦਾ ਹਟਾ ਤਾ ਇਹ ਇੱਕ ਐਸੀ ਦੇਣ ਦੇ ਕੇ ਗਏ ਜਿਹਦੇ ਲਈ ਮੈਂ ਤੁਹਾਨੂੰ ਇਹਦੇ ਵਿੱਚ ਇੱਕ ਯਾਦ ਦਿਵਾਉਣੀ ਚਾਹੁੰਦਾ ਕਿ ਰਾਏਕੋਟ ਦੇ ਲਾਗੇ ਨਾ ਇੱਕ ਉੱਥੇ ਕੀ ਨਾ ਰੈਸਟ ਹਾਊਸ ਹੈ PWD ਦਾ ਦੇਖੋ ਸੋਚ ਦੀ ਗੱਲ ਕਰਦਾ ਕਿ ਮਹਾਰਾਜਾ ਦਲੀਪ ਸਿੰਘ ਆਖਰੀ ਰਾਤ ਉੱਥੇ ਰਿਹਾ ਸੀ ਅਤੇ ਉਸ ਵਾਸਤੇ ਕਿੰਨਾ ਟਰੱਸਟ ਲਿਆ ਬਾਦਲ ਸਾਹਿਬ ਨੇ ਉਹਨੂੰ ਇੱਕ ਵੱਡੀ L&T ਕੰਪਨੀ ਨੂੰ ਦਿੱਤਾ ਉਹਨੂੰ ਬਹੁਤ ਵਧੀਆ ਤਰ੍ਹਾਂ ਉਸਾਰਿਆ ਅੱਜ ਤੁਸੀਂ ਜਾਂਦੇ ਹੋ ਉੱਥੇ ਤਾਂ ਤੁਹਾਨੂੰ ਉਹ ਲੱਗਦਾ ਕਿ ਪਿਛਲੇ ਉਹ ਸਾਡੇ ਰਾਜੇ ਦੀ ਯਾਦ ਆਉਂਦੀ ਉਹ ਉੱਥੇ ਬੁੱਤ ਉਹਦੇ ਲੱਗੇ ਨੇ ਉਹਦੀਆਂ ਜਿਹੜੀਆਂ ਕੁਰਸੀ 'ਤੇ ਬੈਠਾ ਸੀ ਉਹ ਲੱਗਾ ਮਤਲਬ ਇਤਿਹਾਸ ਨਾਲ ਜੁੜੀ ਹੋਈ ਗੱਲ ਉੱਥੇ ਉਹਨਾਂ ਨੇ ਤਸਵੀਰ ਪੇਸ਼ ਕਰਤੀ ਉਹਨੂੰ ਕਹਿੰਦੇ ਨੇ ਜਿੰਦਾ ਤਸਵੀਰ ਆ ਇਹ ਤਸਵੀਰਾਂ ਬਹੁਤ ਹੁੰਦੀਆਂ ਨੇ ਪਰ ਇਹ ਸਾਰਾ ਕੁਛ ਇੱਕ ਜਿੰਦਾ ਤਸਵੀਰ ਆ ਹਰ ਧਰਮ ਲਈ ਕੀਤਾ ਪਰ ਅੱਜ ਜਿਹੜਾ ਅਸੀਂ ਵਿਸ਼ਾ ਮੇਰੇ ਨਾਲ ਤੁਸੀਂ ਸਾਂਝਾ ਕਰ ਰਹੇ ਹੋ ਕਿਉਂਕਿ ਅਸੀਂ ਦਰਬਾਰ ਸਾਹਿਬ ਖੜੇ ਹਾਂ ਤੇ ਉਸ ਵਿਰਾਸਤੀ ਮਾਰਗ ਤੇ ਖੜੇ ਹਾਂ ਤੇ ਇਹ ਮੈਂ ਇਹਦੀ ਗੱਲ ਕਰਦਾ ਮੈਂ ਫਿਰ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਦਾ ਉਹੀ ਕਾਰਨ ਸੀਗਾ ਉਹਨੇ ਕੋਈ ਵੀ ਧਰਮ ਸੀ ਹਰ ਧਰਮ ਦੇ ਆਸਥਾ ਦੇ ਮੰਦਰ ਨਾਲ ਜਾਂ ਆਸਥਾ ਦੀ ਕੋਈ ਵੀ ਸਥਾਨ ਆ ਉਹਦੇ ਲਈ ਸਤਿਕਾਰ ਕੀਤਾ ਇਹ ਮਾੜੀ ਗੱਲ ਨਹੀਂ ਚੰਗੀ ਗੱਲ ਹੈ ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹ ਗੱਲ ਸਿਖਾਈ ਆ ਕੋਈ ਵੀ ਧਰਮ ਮਾੜਾ ਨਹੀਂ ਗਾ ਜਿਹੜਾ ਪ੍ਰਵਾਨਿਤ ਧਰਮ ਹੈ ਚਾਹੇ ਮੁਸਲਮਾਨ ਹੈ ਚਾਹੇ ਹਿੰਦੂ ਆ ਚਾਹੇ ਈਸਾਈ ਹੈ ਉਹ ਧਰਮ ਆਪਣੇ ਆਪ ਦੇ ਚੰਗੀ ਜੀਵਨ ਜਾਚ ਸਿਖਾਉਂਦੇ ਆ ਠੀਕ ਆ ਸਾਨੂੰ ਇੱਕ ਵਿਲੱਖਣ ਦਿੱਖ ਦਿੱਤੀ ਆ ਸਿੱਖਾਂ ਨੂੰ ਇੱਕ ਆਪਣੇ ਆਪ ਦੇ ਵਿੱਚ ਵਿਲੱਖਣ ਜਿਹੜੀ ਆ ਦਿੱਖ ਦੇ ਕੇ ਇੱਕ ਸੋਵਰਨ ਜਿਹੜੀ ਆ ਕੌਮ ਉਹਨਾਂ ਨੇ ਪੈਦਾ ਕੀਤੀ ਆ ਪਰ ਉਹਦਾ ਮਤਲਬ ਇਹ ਨਹੀਂ ਗਾ ਕਿ ਉਹਨਾਂ ਨੇ ਦੂਜਿਆਂ ਨੂੰ ਨਿੰਦਿਆ ਜੇ ਉਹ ਮੁਸਲਮਾਨ ਮਾੜੇ ਹੁੰਦੇ ਤਾਂ ਉਹ ਮੱਕਾ ਮਦੀਨਾ ਕਿਉਂ ਜਾਂਦੇ ਜੇ ਹਿੰਦੂ ਮਾੜੇ ਹੁੰਦੇ ਤਾਂ ਉਹ ਹਰਿਦੁਆਰ ਜਾਂ ਜਗਨਨਾਥਪੁਰੀ ਕਿਉਂ ਜਾਂਦੇ ਹੈਂਜੀ ਮੈਂ ਤਾਂ ਇਹ ਵੀ ਕਹਿੰਦਾ ਕਿ ਹਿਸਟਰੀ ਦੇ ਵਿੱਚ ਇਹ ਵੀ ਗੱਲ ਆ ਹਾਲੇ ਪੂਰੀ ਪ੍ਰਮੁੱਖਤਾ ਨਹੀਂ ਆਈ ਕਿ ਜਿਹੜਾ ਕ੍ਰਿਸਚੈਨਿਟੀ ਦਾ ਵੈਟੀਕਨ ਸਿਟੀ ਆ ਗੁਰਾਨ ਸਾਹਿਬ ਉੱਥੇ ਵੀ ਗਏ ਉੱਥੇ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਗੁਲਾਮ ਪ੍ਰਥਾ ਚਲਾਈ ਉਹਨੂੰ ਤੁਸੀਂ ਇਹਦੇ ਖਿਲਾਫ ਹਾਂ ਸੀ ਉਹ ਗੁਰੂ ਸਾਹਿਬ ਨੇ ਸਾਨੂੰ ਸਭ ਧਰਮਾਂ ਦਾ ਸਤਿਕਾਰ ਕਰਨਾ ਸਿਖਾਇਆ ਇਸੇ ਕਰਕੇ ਹੀ ਇੱਥੇ ਜਿਹੜੇ ਚਾਰ ਦਰਵਾਜ਼ੇ ਨੇ ਜਿੱਥੇ ਸੰਗਤ ਜਿਹੜੀ ਆਉਂਦੀ ਹੈ ਚਾਰੇ ਵਰਣਾਂ ਦੇ ਲੋਕ ਇੱਥੇ ਆਉਂਦੇ ਆ।